ਦੋਸਤੋ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਸਿੱਧੂ ਮੂਸੇਵਾਲੇ ਦੀ ਹੋਲੀ ਖੇਡਦੇ ਹੋਏ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ 'ਤੇ ਇੱਕ ਪੋਸਟ ਪਾਈ ਆ, ਜਿਸ ਦੀ ਕੈਪਸ਼ਨ ਦੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਲਿਖੀਆਂ ਨੇ ਅਤੇ ਜਿਨ੍ਹਾਂ ਦਾ ਅਰਥ ਆ, ਗੁਰੂ ਮਹਾਰਾਜ ਆਖਦੇ ਹਨ ਮੈਂ ਅੱਜ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ, ਸਵਾਮੀ ਦੇ ਸਾਥੀਆਂ ਸੰਗ ਮਿਲ ਕੇ ਮੈਂ ਖੇਡਣ ਲੱਗ ਗਿਆ ਹਾਂ, ਸਾਧੂਆਂ ਦੀ ਨਿਸ਼ਕਾਮ ਸੇਵਾ ਹੀ ਸਾਡੀ ਹੋਲੀ ਹੈ, ਦਾਡੇ ਦਾ ਲਾਲ ਸੂਹਾ ਰੰਗ ਮੈਨੂੰ ਚੜਿਆ ਹੋਇਆ ਹੈ, ਬੜਾ ਸੌਖਾ ਜਿਹਾ ਧਰਮ ਹੈ ਮੇਰਾ, ਹਿੰਦੂਆਂ ਸੰਗ ਹਿੰਦੂ, ਮੁਸਲਮਾਨਾਂ ਸੰਗ ਮੁਸਲਮਾਨ, ਈਸਾਈ ਸੰਗ ਈਸਾਈ, ਸਿੱਖਾਂ ਸੰਗ ਸਿੱਖ, ਕਿਉਂਕਿ ਇਨਸਾਨ ਜੋ ਹੋਇਆ ਹੇ ਪਿਆਰੇ, ਨਫ਼ਰਤ ਦਾ ਇੱਕ ਕਾਰਨ ਹੁੰਦਾ ਹੈ, ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ, ਨਫ਼ਰਤ ਦਿਮਾਗ ਦੀ ਇੱਕ ਪਦਾਰਥ ਪ੍ਰਕਿਰਿਆ ਹੈ, ਪਿਆਰ ਨਾ ਤਾਂ ਪਦਾਰਥ ਹੈ ਅਤੇ ਨਾ ਹੀ ਕੋਈ ਪ੍ਰਕਿਰਿਆ, ਨਫ਼ਰਤ ਪਿਆਰ 'ਤੇ ਕੰਮ ਨਹੀਂ ਕਰ ਸਕਦੀ ਪਰ ਪਿਆਰ ਨਫ਼ਰਤ 'ਤੇ ਕੰਮ ਕਰ ਸਕਦਾ ਹੈ। ਇਹ ਸੀ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੀ ਅੱਜ ਹੋਲੀ ਵਾਲੇ ਦਿਨ ਫੇਸਬੁੱਕ 'ਤੇ ਸਾਂਝੀ ਕੀਤੀ ਹੋਈ ਪੋਸਟ। ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਸਾਂਝੇ ਕਰਿਓ। ਧੰਨਵਾਦ।